ਮੈਨੂੰ ਇੰਝ ਲੱਗਦਾ ਕਿ ਮੇਰੇ ਆਲੇ ਦੁਆਲੇ ਬਹੁਤ ਸਾਰੇ ਹਾਥੀ ਨੇ, ਬਹੁਤ ਵੱਡੇ ਵੱਡੇ ਆਕਾਰ ਦੇ ਹਾਥੀ। ਤਾਂ ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਕਹਾਣੀ ਸੁਣਾਉਣਾ ਕਿ ਇੱਕ ਵਾਰ ਇੱਕ ਆਦਮੀ ਹੁੰਦਾ ਕਿ ਜਿਹੜਾ ਜੰਗਲਾਂ ਨੂੰ ਘੁੰਮ ਰਿਹਾ ਹੁੰਦਾ ਅਤੇ ਜੰਗਲਾਂ ਦੇ ਆਲੇ ਦੁਆਲੇ ਪਿੰਡ ਦੇਖ ਰਿਹਾ ਹੁੰਦਾ। ਆਮ ਤੌਰ 'ਤੇ ਜਿਹੜੇ ਜੰਗਲ ਆਂਧਰਾ ਜਾਂ ਉੜੀਸਾ ਦੇ ਵਿੱਚ ਨੇ, ਉਹਦੇ ਨਾਲ ਲੱਗਦੇ ਪਿੰਡ ਨੇ, ਉੱਥੇ ਕੁਝ ਲੋਕ ਜਿਹੜੇ ਹੁੰਦੇ ਨੇ ਉਹ ਜਿਹੜੇ ਜੰਗਲੀ ਜੀਵ ਆ ਉਹਨਾਂ ਨੂੰ ਵੀ ਪਾਲ ਲੈਂਦੇ ਨੇ। ਤਾਂ ਜਿਹੜਾ ਉਹ ਆਦਮੀ ਉਹ ਜੰਗਲਾਂ ਨੂੰ ਜਾਂ ਉਸ ਪਿੰਡਾਂ ਨੂੰ ਵਿਜ਼ਿਟ ਕਰ ਰਿਹਾ ਹੁੰਦਾ ਤਾਂ ਉਹ ਕੀ ਦੇਖਦਾ ਕਿ ਇੱਕ ਘਰ ਦੇ ਵਿੱਚ ਉਹ ਬਹੁਤ ਵੱਡੇ ਆਕਾਰ ਦਾ ਜਿਹੜਾ ਹਾਥੀ ਦੇਖਦਾ, ਜਿਹੜਾ ਇੱਕ ਮਾਮੂਲੀ ਜਿਹੇ ਸੰਗਲ ਨਾਲ ਬੰਨਿਆ ਹੁੰਦਾ। ਤਾਂ ਉਹ ਬੜਾ ਹੈਰਾਨ ਹੁੰਦਾ ਕਿ ਐਡੇ ਵੱਡੇ ਆਕਾਰ ਦਾ ਜਿਹੜਾ ਹਾਥੀ ਹੈ, ਮਾਮੂਲੀ ਜਿਹੇ ਸੰਗਲ ਨਾਲ ਬੰਨ ਕੇ ਖੜਾਇਆ ਹੋਇਆ ਇਹਨਾਂ ਨੇ। ਤਾਂ ਸੋਚਦਾ ਕਿ ਇੰਨਾ ਵੱਡਾ ਇਹ ਹਾਥੀ ਹੈ, ਇਹ ਥੋੜ੍ਹਾ ਜਿਹਾ ਝਟਕਾ ਮਾਰੇ ਸੰਗਲ ਤੋੜ ਦੇ ਨਾਲੇ, ਕਿੱਲਾ ਜਿਹਾ ਪੱਟ ਕੇ ਵਗਾਹ ਮਾਰੇ ਅਤੇ ਆਜ਼ਾਦ ਹੋ ਜਾਏ, ਜੰਗਲ ਚਲਾ ਜਾਵੇ। ਤਾਂ ਉਹਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਇਹ ਕੁਸ਼ਚਨ ਉੱਠਦਾ ਕਿ ਕਿਉਂ ਇਹ ਛੋਟੇ ਜਿਹੇ ਸੰਗਲ ਨਾਲ ਹੀ ਇਹ ਖੜਾ ਹੋਇਆ ਉੱਥੇ। ਤਾਂ ਉਹ ਇਸ ਗੱਲ ਨੂੰ ਜਾਣਨ ਲਈ ਉਹ ਜਿਹੜਾ ਜਿਹਦਾ ਹਾਥੀ ਹੁੰਦਾ ਉਸ ਮਾਲਕ ਨਾਲ ਉਹ ਗੱਲ ਕਰਨ ਲਈ ਉਸ ਪਿੰਡ ਚਲਾ ਜਾਂਦਾ। ਤਾਂ ਉਸ ਜਿਹੜੇ ਹਾਥੀ ਦੇ ਮਾਲਕ ਨੂੰ ਪੁੱਛਦਾ ਕਿ ਐਡਾ ਵੱਡਾ ਜਿਹੜਾ ਹਾਥੀ ਹੈਗਾ, ਇਹ ਪੰਨ ਤੁਸੀਂ ਛੋਟੇ ਸੰਗਲ ਨਾਲ ਲਿਆ, ਤੇ ਅੱਜ ਇਹ ਇੰਨਾ ਜ਼ੋਰ ਹੈਗਾ ਕਿ ਇਹ ਇੱਕ ਝਟਕੇ ਨਾਲ ਹੀ ਇਹ ਨਾਲੇ ਸੰਗਲ ਤੋੜ ਦੇ ਨਾਲ ਕਿੱਲਾ ਪੱਟ ਦੇ। ਤਾਂ ਫਿਰ ਉਹ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਜਿਹੜਾ ਹਾਥੀ ਦਾ ਮਾਲਕ ਹੁੰਦਾ ਉਸ ਬੰਦੇ ਨੂੰ ਸਮਝਾਉਂਦਾ ਕਿ ਜਦੋਂ ਇਹ ਹਾਥੀ ਛੋਟਾ ਬੱਚਾ ਸੀਗਾ ਤਾਂ ਉਦੋਂ ਇਹ ਇਸੇ ਸੰਗਲ ਨਾਲ ਬੰਨਿਆ ਹੋਇਆ ਸੀ। ਤਾਂ ਉਸ ਵਕਤ ਇਹਨੇ ਬਹੁਤ ਇਹਨੇ ਕੋਸ਼ਿਸ਼ ਕੀਤੀ ਆਪਦੇ ਆਪ ਨੂੰ ਛੁਡਾਉਣ ਦੀ, ਤਾਂ ਉਦੋਂ ਇਹ 'ਚ ਇੰਨਾ ਜ਼ੋਰ ਹੈ ਨਹੀਂ ਸੀਗਾ ਕਿ ਇਹ ਇਸ ਸੰਗਲ ਨੂੰ ਤੋੜ ਸਕੇ। ਤਾਂ ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਇਹਨੂੰ ਮਹਿਸੂਸ ਹੋਣ ਲੱਗ ਗਿਆ ਕਿ ਇਹ ਜਿਹੜਾ ਸੰਗਲ ਹੈ ਮੇਰੇ ਤੋਂ ਟੁੱਟਣਾ ਨਹੀਂ। ਅੱਜ ਭਾਵੇਂ ਇਹ ਬਹੁਤ ਵੱਡੇ ਆਕਾਰ ਦਾ ਹੋ ਗਿਆ ਪਰ ਇਹਦੇ ਦਿਮਾਗ ਦੇ ਵਿੱਚ ਇਹਦੇ ਇਹਨੂੰ ਫੇਥ ਹੋ ਗਿਆ ਕਿ ਜਿਹੜਾ ਸੰਗਲ ਹੈ ਇਹ ਮੇਰੇ ਤੋਂ ਟੁੱਟਣਾ ਨਹੀਂ ਹੈਗਾ। ਤਾਂ ਤੁਹਾਡੇ ਆਲੇ ਦੁਆਲੇ ਵੀ ਤੁਹਾਡੇ ਕੁਝ ਦੋਸਤ ਇਦਾਂ ਦੇ ਹੋਣਗੇ ਜਿਹੜੇ ਹਾਥੀਆਂ ਵਰਗੇ ਹੋਣਗੇ, ਜਿਨ੍ਹਾਂ 'ਚ ਕੈਪੇਬਿਲਿਟੀ ਹੋਊਗੀ ਕੁਝ ਕਰਨ ਦੀ, ਪਰ ਉਹ ਇੱਕ ਛੋਟੀ ਜ਼ੰਜੀਰ ਨਾਲ ਬੰਨੇ ਪਏ ਨੇ ਕਿ ਯਾਰ ਸਾਡੇ ਤੋਂ ਕੁਛ ਨਹੀਂ ਹੋਣਾ, ਸਾਡੇ ਤੋਂ ਐਗਜ਼ਾਮ ਨਹੀਂ ਕਲੀਅਰ ਹੋਣਾ ਜਾਂ ਸਾਡੇ ਤੋਂ ਅੱਛੀ ਨੌਕਰੀ ਨਹੀਂ ਲਈ ਜਾਣੀ ਜਾਂ ਸਾਡੇ ਤੋਂ ਕੰਮ ਨਹੀਂ ਹੋਣਾ, ਸਾਡੇ ਤੋਂ ਬਿਜ਼ਨਸ ਨਹੀਂ ਹੋਣਾ। ਤਾਂ ਦੋਸਤੋ ਆਪਦੇ ਜਿਹੜੇ ਆਲੇ ਦੁਆਲੇ ਤੁਹਾਡੇ ਹਾਥੀਆਂ ਵਰਗੇ ਦੋਸਤ ਨੇ ਉਹਨਾਂ ਨੂੰ ਇਹ ਕਹਾਣੀ ਜ਼ਰੂਰ ਸੁਣਾਇਓ ਅਤੇ ਉਹਨਾਂ ਨੂੰ ਪ੍ਰੇਰਿਤ ਕਰਿਓ ਕਿ ਉਹ ਜ਼ੰਜੀਰਾਂ ਨੂੰ ਤੋੜਨ ਅਤੇ ਕੁਛ ਜ਼ਿੰਦਗੀ 'ਚ ਵੱਡਾ ਕਰਨ ਦੀ ਕੋਸ਼ਿਸ਼ ਕਰਨ। ਅਤੇ ਹੋ ਸਕੇ ਤਾਂ ਮੇਰੀ ਵੀਡੀਓ ਸ਼ੇਅਰ ਕਰਿਓ ਚੰਗੀ ਲੱਗੇ ਤਾਂ, ਅਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਥੈਂਕ ਯੂ ਦੋਸਤੋ, ਧੰਨਵਾਦ।